तेरे पिछे कोई नहीं, तू कला हैगा वा, तेन संभाल संभाल के रखा, तू लाडला हाडा, चारा भैन का कला तू भरा वा, ठीक है, मैं सांभ के रख अपनी इज्जत। शिवराज मुदली किस्ता देना आई है, कितो दूंगी, मेरे को पैसा भी नहीं कोई है, मुंडा वे लो मिट्टी इन्नी पई सी, मुंडा पैली च लंघिया, पैली च मिट्टी काट काट के चाटी। पहला इन्होंने मतलब कि जहर दे के मारता, कहिंदा मैं तेरे नाल मैरिज करवानी है, तो बाद झूठ मार दिता कि विआह करा के करा लिया मैं, तो उस तो बाद हुण मेरा मुंडा मतलब कि मुंडे मेरे नूं बड़ा टोर्चर करते, बहुत तंग करते, हुण मेरे मुंडे नूं कहिंदे सी कि जां तां असीं तैनूं ही मार देना, जे आपां कुड़ी नूं मार सकदे आ तां तैनूं ही मार देना। नशा पत्ता इन्होंने जान के मारिया जे कि ये बच गया तो इन्होंने सानू मार देना। थोड़े दिन तक ठाका लगा पर लेकिन हां मेरे भरा ना इंसाफ मिलिया पुलिस ने। अच्छा किन्ने दिन हुए इस घटना? अज 12 तरीक नु डेथ हुई होंदी, अज 20 एक भी दोषी नु ना 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 8 जने ही, ते 2 जने गैप कीते इन्होंने, बस 2 जने ठाणे, तो 2 जने कोई मतलब नहीं। ਮੇਰਾ ਭਰਾ ਕੱਲਾ ਕੱਲਾ ਹੀ ਉਹਦੇ ਤੇ ਅੱਖ ਫੜਨ ਟੀਂਡੇ ਨੂੰ ਫੜਨ ਤੇ ਨਿਸ਼ਾਨ ਨੂੰ ਫੜਨ ਤੇ ਬਾਕੀ ਸਾਰੇ ਇਹਨਾਂ ਦੇ ਹੱਥ ਚ ਆ ਜਾਣਗੇ। ਇੱਕ ਸੁਨਿਆਰਾ ਨਾ ਮੁੰਡਾ ਵੇ ਜਿਹਨੇ ਉਹਨਾਂ ਨੇ ਲੇਅਰ ਮਾਰੇ ਸੀ, ਸ਼ੋਭਨ ਤੇ ਆਸ਼ੂ, ਬਸ ਉਹ ਦੋ ਜਣਾ ਇਹ 3 ਬੰਦੇ ਗ੍ਰਿਫਤਾਰ ਕਰਨ, ਬਾਕੀ ਆਪਣੇ ਆਪ ਆ। ਮੈਂ ਕਮਿਸ਼ਨਰ ਤੱਕ ਜਾਊਂਗੀ ਜੇ ਤੁਹਾਡੇ ਕੋਲ ਨਹੀਂ ਕੁਝ ਹੋ ਸਕਦਾ। ਪੁਲਿਸ ਵਾਲਿਓ ਤੁਸੀਂ ਤਾਂ ਸੋ ਸੋ ਜੇ ਵਿਕ ਜਾਂਦੇ ਹੋ। ਰਾਸ਼ਨ ਇੰਨਾ ਸੁੱਟ ਕੇ ਜਾਂਦੇ, ਰਾਸ਼ਨ ਥੋੜੀ ਖਾਈ ਜਾਣਾ ਮੈਂ, ਸਿਰ ਦੇ ਉੱਤੇ ਘਰ ਚੱਲਦਾ ਸੀ ਕਿ ਭਾਜੀ ਪਹਿਲਾਂ ਕੀ ਪਹਿਲਾਂ ਮਤਲਬ ਕਿ ਮੇਰੇ ਭਰਾ ਨੂੰ ਜੇਲ੍ਹ ਚ ਲੈ ਗਏ, ਠੀਕ ਹੈ, ਲੱਕੀ ਦਾ ਕਤਲ ਇਹਨੇ ਕੀਤਾ ਸੀ। ਉਹ ਨਾਮ ਕੀ ਤੁਹਾਡਾ? ਸੀਮਾ। ਸੀਮਾ ਜੀ ਕੀ ਲੱਗਦੇ? ਬੇਟਾ ਸੀ ਮੇਰਾ, ਤਾਂ ਮੇਰੀ ਬੇਟੀ ਨੂੰ ਪਹਿਲਾਂ ਇਹਨਾਂ ਨੇ ਮਤਲਬ ਕਿ ਜ਼ਹਿਰ ਦੇ ਕੇ ਮਾਰਤਾ, ਕਹਿੰਦਾ ਮੈਂ ਤੇਰੇ ਨਾਲ ਮੈਰਿਜ ਕਰਵਾਉਣੀ ਹੈ, ਅਤੇ ਬਾਅਦ 'ਚ ਉਹਦੇ ਅੱਗੇ ਝੂਠ ਮਾਰ ਦਿੱਤਾ ਕਿ ਵਿਆਹ ਕਰਾ ਕੇ ਕਰਾ ਲਿਆ ਮੈਂ, ਤਾਂ ਉਸ ਤੋਂ ਬਾਅਦ ਹੁਣ ਮੇਰਾ ਮੁੰਡਾ ਮਤਲਬ ਕਿ ਮੁੰਡੇ ਮੇਰੇ ਨੂੰ ਬੜਾ ਟੋਰਚਰ ਕਰਦੇ ਸੀ, ਬਹੁਤ ਤੰਗ ਕਰਦੇ ਸੀ, ਤਾਂ ਹੁਣ ਮੇਰੇ ਮੁੰਡੇ ਨੂੰ ਕਹਿੰਦੇ ਸੀ ਕਿ ਜਾਂ ਤਾਂ ਅਸੀਂ ਤੈਨੂੰ ਵੀ ਮਾਰ ਦੇਣਾ, ਜੇ ਆਪਾਂ ਕੁੜੀ ਨੂੰ ਮਾਰ ਸਕਦੇ ਹਾਂ ਤਾਂ ਤੈਨੂੰ ਵੀ ਮਾਰ ਦੇਣਾ, ਅਤੇ ਸਾਨੂੰ ਇਸ ਵਕਤ ਆਪ ਨੂੰ ਵੀ ਆਪਣੀ ਜਾਨ ਦਾ ਖਤਰਾ ਇਹਨਾਂ ਦੇ ਕੋਲ ਹੈਗਾ। ਤੁਹਾਡੀ ਕੁੜੀ ਮਾਰੀ ਹੈ? ਹਾਂਜੀ ਹਾਂ, ਪਹਿਲਾਂ ਇਹਨਾਂ ਨੇ ਸਾਡੀ ਕੁੜੀ ਮਾਰੀ ਸੀ, ਅਤੇ ਉਸ ਤੋਂ ਬਾਅਦ ਚਾਰ ਸਾਲ ਅੱਜ 4-5 ਸਾਲ ਹੋ ਚੱਲੇ ਮੇਰੀ ਕੁੜੀ ਨੂੰ, ਅਤੇ ਫਿਰ ਸਾਡੇ ਮੁੰਡੇ ਨੂੰ ਬੜਾ ਟੋਰਚਰ ਕਰਦੇ ਸੀ, ਰਸਤੇ ਵਿੱਚ ਜਾਂਦਾ ਸੀ ਉਹਦੇ ਨਾਲ ਗੱਲਾਂ ਬੜੀਆਂ ਕਰਦੇ, ਲਾ ਲਾ ਕੇ ਗੱਲਾਂ ਕਰਦੇ ਸੀ, ਤਾਂ ਜਦੋਂ ਮੇਰਾ ਮੁੰਡਾ ਕੋਈ ਗੱਲ ਕਰਦਾ ਸੀ ਤਾਂ ਕਹਿੰਦਾ ਸੀ ਜੇ ਕੁੜੀ ਦਾ ਪਤਾ ਨਹੀਂ ਨਾ ਲੱਗਣ ਦਿੱਤਾ ਆਪਾਂ, ਅਤੇ ਆਪਾਂ ਤੇਰਾ ਵੀ ਨਹੀਂ ਪਤਾ ਲੱਗਣ ਦੇਣਾ, ਚਾਹੇ ਜੋ ਮਰਜ਼ੀ ਹੋਏ, ਚਾਹੇ ਤੈਨੂੰ ਇੱਥੇ ਮਾਰ ਦਈਏ ਅਤੇ ਚਾਹੇ ਆਪਾਂ ਟਿੰਡੇ ਦੀ ਹਵੇਲੀ 'ਚ ਜਾ ਕੇ ਮਾਰ ਦਈਏ ਤੈਨੂੰ। ਇੱਕ ਮਾਂ ਕੀ ਮੰਗ ਕਰਦੀ ਹੈ? ਮੈਂ ਬਸ ਇਸੇ ਗੱਲ ਉਹ ਮੰਗ ਕਰਦੀ ਹਾਂ ਕਿ ਮੇਰੇ ਮੁੰਡੇ ਨੂੰ ਅਤੇ ਮੇਰੀ ਬੇਟੀ ਨੂੰ ਇਨਸਾਫ ਮੰਗਣਾ ਮਤਲਬ ਮਿਲਣਾ ਚਾਹੀਦਾ ਹਰ ਹਾਲਤ ਆ, ਅਗਰ ਜੇ ਨਾ ਮਤਲਬ ਕਿ ਸਾਡੀ ਕਾਰਵਾਈ ਹੋਈ ਚੱਜ ਨਾਲ, ਨਾ ਸਾਨੂੰ ਮਤਲਬ ਕਿ ਇਨਸਾਫ ਮਿਲਿਆ, ਆਪਾਂ ਜਿੱਥੋਂ ਤੱਕ ਵੀ ਸਾਡੇ ਕੋਲ ਜਾਇਆ ਜਾਏਗਾ ਆਪਾਂ ਤੋੜ ਤੱਕ ਜਾਵਾਂਗੇ, ਕਿਉਂਕਿ ਸਾਨੂੰ ਹਰ ਪਾਸੇ ਦਾ ਦਬਾਅ ਪਾਉਣਗੇ, ਪੈਸੇ ਨਾਲ ਵੀ ਤੋਲਣਗੇ, ਹਰ ਚੀਜ਼ ਨਾਲ ਤੋਲਣਗੇ, ਪਰ ਅਸਾਂ ਇਹਨਾਂ ਦੀ ਮੰਨਣੀ ਨਹੀਂ ਹੈਗੀ ਜੋ ਮਰਜ਼ੀ ਹੋਏ। ਅਗਰ ਜੇ ਨਹੀਂ ਇਹ ਕੁਛ ਹੋਏਗਾ ਤਾਂ 3 ਕਤਲ ਸਾਡੇ ਨੇ, ਤਾਂ 3 ਹੀ ਮੈਂ ਇਹਨਾਂ ਦੇ ਕਰਨੇ ਨੇ, ਤਾਂ ਫਿਰ ਮੈਂ ਇਹਨਾਂ ਨੂੰ ਮਾਫ਼ ਕਰਨਾ ਨਹੀਂ ਤਾਂ ਨਹੀਂ ਕਰਨਾ ਹੈਗਾ। ਮੇਰਾ ਨਾਂ ਅਨੂ ਆ ਅਤੇ ਮੈਂ ਸ਼ਿਵ ਦੀ ਭੈਣ ਹਾਂ ਵੱਡੀ, ਠੀਕ ਹੈ। ਇਹਨਾਂ ਨੇ ਮੇਰਾ ਭਰਾ ਵਾ, ਮੇਰਾ ਭਰਾ ਵਾ ਕਤਲ ਹੋਇਆ ਜਿਹਦਾ, ਠੀਕ ਹੈ, ਉਹਦੀ ਭੈਣ ਬੋਲ ਰਹੀ ਹੈ ਵੱਡੀ ਸਾਰਿਆਂ ਤੋਂ, ਠੀਕ ਹੈ। ਲੇਕਿਨ ਹਾਂ ਇਹ ਮੇਰਾ ਭਰਾ ਸਵਿਗੀ 'ਤੇ ਕੰਮ ਕਰਦਾ ਹੁੰਦਾ ਸੀ, ਉਹਨੇ 12 ਵਜੇ ਜਾਣਾ, 12 ਵਜੇ ਸਵੇਰੇ ਜਾਣਾ ਅਤੇ 12 ਵਜੇ ਰਾਤ ਨੂੰ ਆਉਣਾ, ਠੀਕ ਹੈ। ਇਹ ਮੈਨੂੰ
वो जो मम्मी ना गल हुई है ना वो नहीं कर सकता ही मम्मी ना गल जो मेरे ना हो सकती ही उहदी ठीक है। उन्हें मैंने सारा कुछ आके दसना नू मैंनू आ परेशान करन दे। मैं कहा तू कोई गल नहीं सहस बहाना गल कर कोई मतलब नहीं है ठीक है। लोग पिछों गोली चला देंदे पिछों चला तू मैं कहा सारे सामने तू दातर फड़ के तुरिया फिरन दिया चंगा नहीं लगता ठीक है। उन्हें मैंने इको गल कही नहीं अनू जा मैं मर जूंगा जा मैं मरूंगा। मैं कहा तेरे पिछे कोई नहीं हो तू कला कला हैगा वा तेन संभाल संभाल के रखा तू लाडला हाडा चारा भैनों का कला कला तू भरा वा ठीक है। मैं सामभ के रख अपनी इज्जत। मैं कहा इज्जत अपने हाथ होंगी किसी का कुछ नहीं जाता। मैं कहा नशे न रजे पे पहली गल स्मैक वेचते ही टींडे होनी निशान होनी तो लक्की होनी सारे टींडे पिछे बैकते ही तो मेरे भरा इन्हों बेखिलाफ ही कि नहीं साढ़े महल से इदा कुछ नहीं चलना चाहिए स्मैक वेचन दे शरेआम वेचन दे है ना। मैं यह काम पसंद नहीं ना मेरे भरा कोई नशा ना पत्ता स्विगी च पढ़िया दा अंतरा बी ए पढ़िया कोई बंदा हुंदा चजदा हुंदा बंदा लेकिन हाँ मेरे भरा ने कोई भी इतों दिया लोग भज जा जे महल चो लोग इतें ही रहन दियाँ अं भजे नहीं हाँ अं विह कराए दे अपने घर कराए दे वधिया वधिया बंदियां ना कराए दे ये गल नहीं कोई ठीक है। एक ठोकन वाला इन्होंने कोई नहीं हैगा ही जो ये कतल हो गया ना मेरे भरा दा मेरे शरेआम होया जे मैं वेखन दी ही उतों। कमिश्नर तक जाऊंगी जे मेरे भरा दा हिला ना मिलिया कुछ भी। कुड़ी का सी ताई तो मेरा पंगा ला ना लैन दिया ही ना दा कि इनू मैं मेरे भरा भैन की डैथ हुई है मैंने छड़ना नहीं किसी लेकिन हाँ वो कला कला ही ये अठ अठ बंदे लैके साडे घरे आंदे हुंदे सी हुण भी मैंने जान नू खतरा वा मेरी माँ नू खतरा मैनू खतरा गवाही वाले पहला चुके जाते हैं सीधी गल जे मैनू कुछ भी हो गया जां मेरी माँ नू हो गया जां मेरे डैडी नू हो गया अं तिने जने रह गए सत जने ही आपां जी इन्होंने खत्म कर करके ना सानू मतलब कंगाल करता। मेरा भरा कला कला कमाण वाला ही साडा घर सिंपल हो गया मतलब कि ठप हो गया साडा घर यानी कि नशे अते कुड़ी दोनों हाँ बस वो इस नशे बारे कहंदा है कि साडे इत्थों काम तमाम करो ठीक है ये नहीं कर सकते ही और बस ये करके कतल किया जे कि ये शिवा बच गया ना इन्होंने सानू मार देना एक अद्धे नू। अच्छा हुण आपां मंग की करदे ना ना इंसाफ चाहिए मेरे भरा बस इंसाफ ना मिले ये दो कतल मेरे भरा दे जिथे खून डिगे ना मैनू खून चाहिए दोबारा ਇਹ ਮਿਤੀ 2/9/2022 ਨੂੰ ਸਾਨੂੰ ਇਤਲਾਹ ਮਿਲੀ ਸੀ ਕਿ ਸ਼ਿਵ ਨਾਂ ਦੇ ਲੜਕੇ ਨੂੰ ਖਾਲਸਾ ਨਗਰ ਵਿੱਚ ਕੁਝ ਲੋਕ ਕੁੱਟਮਾਰ ਕਰ ਰਹੇ ਆ। ਇਹ ਤੁਰੰਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਉਹਨੂੰ ਹੋਸਪਿਟਲ ਵਿੱਚ ਦਾਖਲ ਕਰਵਾਇਆ ਜਿੱਥੇ ਦੌਰਾਨੇ ਇਲਾਜ ਉਹਦੀ ਮੌਤ ਹੋ ਗਈ। ਫਿਰ ਅਸੀਂ ਇਹਦੇ ਫਾਦਰ ਸਾਹਿਬ ਦੇ ਬਿਆਨਾਂ 'ਤੇ ਸੁਭਾਸ਼ ਚੰਦਰ ਇਹਦੇ ਫਾਦਰ ਨੇ ਉਹਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਜੇਰੇ ਧਾਰਾ 302 ਤਹਿਤ। ਇਹ ਕੁੱਲ 7 ਜਣਿਆਂ ਦੇ ਮਾਮਲਾ ਦਰਜ ਆ ਜੀ। 7 ਜਣਿਆਂ ਵਿੱਚੋਂ ਅਸੀਂ ਮੁੱਖ ਦੋਸ਼ੀ 2 ਗ੍ਰਿਫਤਾਰ ਕਰ ਚੁੱਕੇ ਹਾਂ। ਬਾਕੀ ਦੋਸ਼ੀਆਂ ਦੇ ਘਰ ਰੇਡ ਕਰ ਰਹੇ ਲਗਾਤਾਰ ਅਸੀਂ ਰੇਡ ਕਰ ਰਹੇ ਹਾਂ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਧਮਕੀਆਂ ਲਈ ਸਾਨੂੰ ਦਿੰਦੇ ਪਏ ਨੇ ਵੀ ਤੁਸੀਂ ਵਾਪਸ ਲੈ ਲਓ ਆਪਣਾ ਪਰਚਾ ਨਹੀਂ ਤੇ ਮਾਰ ਦਾਂਗੇ ਇਸ ਤਰ੍ਹਾਂ ਦੀ ਗੱਲਾਂ। ਨਹੀਂ ਉਹ ਸਾਰੇ ਦੋਸ਼ੀ ਜਿਹੜੇ ਆ ਘਰਾਂ ਨੂੰ ਤਾਲੇ ਲੱਗੇ ਹੋਏ ਆ ਅਸੀਂ ਲਗਾਤਾਰ ਹੀ ਉਹਨਾਂ ਦੇ ਘਰਾਂ ਵਿੱਚ ਰੇਡ ਕਰ ਰਹੇ ਹਾਂ। ਕੋਈ ਵੀ ਇਹੋ ਜਿਹੀ ਫਿਲਹਾਲ ਗੱਲ ਨਹੀਂ ਹੈਗੀ ਅਤੇ ਅਸੀਂ ਕਰ ਰਹੇ ਹਾਂ ਆਪਣੀ ਡਿਊਟੀ ਕਰ ਰਹੇ ਹਾਂ ਤੁਹਾਨੂੰ ਦੇਈ ਨਾਲ।